ਅੱਜ ਅਸੀਂ ਖੜ੍ਹੇ ਹਾਂ ਲੁਧਿਆਣੇ। ਇਹ ਬੱਸਾਂ ਨੇ ਕੁਛ ਕਾਰਪੋਰੇਸ਼ਨ ਦੀਆਂ 200 ਬੱਸਾਂ ਮਿਊਂਸੀਪਲ ਕਾਰਪੋਰੇਸ਼ਨ ਨੂੰ ਜਵਾਹਰ ਲਾਲ ਨਹਿਰੂ ਅਰਬਨ ਮਿਸ਼ਨ ਦੇ ਲਈ ਮਿਲੀਆਂ ਸੀ, ਜਿਨ੍ਹਾਂ ਵਿੱਚ ਬੱਸਾਂ ਰੋਡਾਂ 'ਤੇ ਘੱਟ ਅਤੇ ਡਿਪੂਆਂ 'ਚ ਜ਼ਿਆਦਾ ਖੜ੍ਹੀਆਂ ਨੇ। ਸਾਰੀਆਂ ਹੀ ਬੱਸਾਂ ਇਹ ਪਹਿਲਾਂ ਪ੍ਰਸੰਨਾ ਟਰਾਂਸਪੋਰਟ ਕੰਪਨੀ ਨੂੰ ਦਿੱਤੀਆਂ ਗਈਆਂ। ਉਹ ਬੱਸਾਂ ਉਹਨਾਂ ਨੇ ਕਾਫੀ ਰੂਟਾਂ 'ਤੇ ਚਲਾਈਆਂ, ਪਰ ਫਿਰ ਇਹ ਬੱਸਾਂ ਹੌਲੀ ਹੌਲੀ ਖੜ੍ਹਨੀਆਂ ਸ਼ੁਰੂ ਹੋ ਗਈਆਂ, ਕਿਉਂਕਿ ਪ੍ਰਸੰਨਾ ਟਰਾਂਸਪੋਰਟ ਨਾਲ ਡਿਸਪਿਊਟ ਹੋਇਆ, ਉਹਨਾਂ ਦੇ 2 ਕਰੋੜ ਦੇ ਬਿੱਲ ਜੋ ਕਾਰਪੋਰੇਸ਼ਨ ਨੇ ਨਹੀਂ ਦਿੱਤੇ। ਇਸ 'ਤੇ ਸਿਆਸਤ ਵੀ ਸ਼ੁਰੂ ਹੋ ਗਈ ਨਾਲ ਦੀ ਨਾਲ। 2014 ਵਿੱਚ ਇੱਥੇ ਜਦੋਂ ਇਲੈਕਸ਼ਨ ਹੋਣੀਆਂ ਸੀ ਤਾਂ ਰਵਨੀਤ ਬਿੱਟੂ ਜੀ ਨੇ ਆ ਕੇ ਇਹਨਾਂ 'ਤੇ ਪੋਚੇ ਮਾਰੇ ਅਤੇ ਕਿਹਾ ਕਿ ਅਸੀਂ ਇਹਨਾਂ ਨੂੰ ਚਲਾਵਾਂਗੇ, ਇਹਨਾਂ ਨੂੰ ਦੁਬਾਰਾ ਲਿਆਵਾਂਗੇ, ਇਹ ਸਰਕਾਰ ਦੇ ਪੈਸੇ ਤੋਂ ਬਣੀਆਂ ਹੋਈਆਂ ਨੇ ਅਤੇ ਇਹਨਾਂ ਦੀ ਬਰਬਾਦੀ ਹੋ ਰਹੀ। ਰਵਨੀਤ ਬਿੱਟੂ ਜੀ MP ਬਣ ਗਏ, ਬੱਸਾਂ ਉੱਥੇ ਦੇ ਉੱਥੇ ਨੇ ਅਤੇ ਕੁੱਲ ਮਿਲਾ ਕੇ ਜੇ ਇੱਥੇ ਦੱਸੇ ਤਾਜਪੁਰ ਰੋਡ 'ਤੇ 37 ਬੱਸਾਂ ਜੋ ਨੇ ਖੜ੍ਹੀਆਂ ਨੇ। 200 ਬੱਸਾਂ ਖਰੀਦਣ ਦੀ ਸਕੀਮ ਸੀ, ਪਰ 120 ਬੱਸਾਂ ਆ ਪਈਆਂ, ਜਿਨ੍ਹਾਂ ਵਿੱਚੋਂ 83 ਬੱਸਾਂ ਹੀ ਰੂਟ 'ਤੇ ਚੱਲ ਰਹੀਆਂ ਨੇ, 37 ਬੱਸਾਂ ਇੱਥੇ ਖੜ੍ਹੀਆਂ ਸੜ ਰਹੀਆਂ। ਦੁਬਾਰਾ ਇਲੈਕਸ਼ਨ ਆ ਗਏ, ਦੁਬਾਰਾ ਸਿਆਸਤ ਸ਼ੁਰੂ ਹੋਈ, ਅਕਾਲੀ ਦਲ ਵਾਲੇ ਆਏ ਅਤੇ ਇਹ ਬੱਸਾਂ ਦੀ ਆਰਤੀ ਕਰਕੇ ਚਲੇ ਗਏ। ਇਲੈਕਸ਼ਨ 'ਚ ਮੁੱਦਾ ਹੈ, ਪਰ ਬੱਸਾਂ ਵੱਲ ਕਿਸੇ ਦਾ ਧਿਆਨ ਨਹੀਂ ਹੈ, ਬਿਲਕੁਲ ਕੰਡਮ ਹੋ ਚੁੱਕੀਆਂ ਨੇ। 2015 'ਚ ਇਹਨਾਂ ਦਾ ਸਰਵੇ ਵੀ ਕਰਾਇਆ ਸੀ ਅਤੇ ਇਹਨਾਂ ਨੂੰ ਚਲਾਉਣ 'ਤੇ ਕਰੋੜਾਂ ਰੁਪਈਏ ਦਾ ਖਰਚ ਹੁੰਦਾ। ਇੱਕ ਬੱਸ ਤਕਰੀਬਨ 50 ਲੱਖ ਦੇ ਕਰੀਬ ਦੀ ਹੈ ਅਤੇ ਇਹ ਤਕਰੀਬਨ 9 ਕਰੋੜ ਦੀਆਂ ਜੋ ਬੱਸਾਂ ਇੱਥੇ ਖੜ੍ਹੀਆਂ ਸੜ ਰਹੀਆਂ ਨੇ। ਇਹ ਵੀ ਦੱਸਣਯੋਗ ਹੈ ਵੀ ਇੱਥੇ ਜੋ ਬੱਸਾਂ ਨੇ ਇਹਨਾਂ ਦੀ ਕਮਰਸ਼ੀਅਲ ਲਾਈਫ ਜਿਹੜੀ ਹੈ, ਕਮਰਸ਼ੀਅਲ ਵਹੀਕਲ ਦੀ ਜਿਹੜੀ ਲਾਈਫ ਹੈ 10 ਸਾਲ ਹੁੰਦੀ ਹੈ। 8 ਸਾਲ ਪੁਰਾਣੀਆਂ ਇਹ ਬੱਸਾਂ ਨੇ ਅਤੇ 2 ਸਾਲ ਸਿਰਫ ਇਹਨਾਂ ਦੀ ਹਜੇ ਵਰਤੋਂ ਹੋ ਸਕਦੀ ਹੈ, ਪਰ ਕੀ ਕਰੋੜਾਂ ਰੁਪਈਏ ਦੁਬਾਰਾ ਖਰਚ ਕੇ 2 ਸਾਲ ਵਾਸਤੇ ਇਹਨਾਂ ਨੂੰ ਬੱਸਾਂ ਨੂੰ ਦੁਬਾਰਾ ਰੋਡ 'ਤੇ ਲਿਆਉਣਾ ਵਾਜਿਬ ਹੋਏਗਾ, ਜਾਂ ਦੁਬਾਰਾ ਇਹ ਬਿਲਕੁਲ ਹੀ ਦੁਬਾਰਾ ਇਸੇ ਤਰ੍ਹਾਂ ਕਬਾੜ ਹਾਲਤ ਵਿੱਚ ਆਕਸ਼ਨ ਹੋ ਜਾਣਗੀਆਂ? ਇਹ ਦੇਖਣ ਵਾਲੀ ਗੱਲ ਹੈ। ਸਾਨੂੰ ਅਸੀਂ ਅੰਦਰੋਂ ਦੇਖਣਾ ਚਾਹੁੰਦੇ ਸੀ, ਪਰ ਇੱਥੋਂ ਦੇ ਜੋ ਅਧਿਕਾਰੀ ਨੇ ਉਹਨਾਂ ਨੇ ਅੰਦਰ ਨਹੀਂ ਜਾਣ ਦਿੱਤਾ, ਕਿਉਂਕਿ ਸ਼ਾਇਦ ਇਸ ਤੱਥ ਨੂੰ ਉਹ ਛੁਪਾਉਣਾ ਚਾਹੁੰਦੇ ਨੇ ਕਿ ਇਹ ਕਾਰਪੋਰੇਸ਼ਨ ਦੀ ਨਾਕਾਮੀ ਕਾਰਨ, ਪੋਲੀਟੀਸ਼ੀਅਨਾਂ ਦੀ ਨਾਕਾਮੀ ਦੇ ਕਾਰਨ ਇਹ ਚੀਜ਼ਾਂ ਇੱਥੇ ਖੜ੍ਹੀਆਂ ਨੇ। ਔਰ ਇਹਨਾਂ ਵਿੱਚ ਜੋ ਇਹਨਾਂ ਨੂੰ ਕੋਈ ਵੀ ਹਜੇ ਪਲੈਨ ਵੀ ਨਹੀਂ ਹੈ। ਹੁਣ ਤਾਂ ਇਲੈਕਸ਼ਨ ਹੈ, ਇਸ ਵੇਲੇ ਸ਼ਾਇਦ ਇਹਨੂੰ ਥੋੜ੍ਹੇ ਬਹੁਤ ਤਵੱਜੋ ਦਿੱਤੀ ਹੈ ਦੋਨੇ ਪਾਰਟੀਆਂ ਨੇ, ਪਰ ਇਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਅੰਦਰ ਦੇਖ ਲਓ ਤੁਸੀਂ, ਘਾਹ ਵੀ ਐਡਾ ਐਡਾ ਖੜ੍ਹਾ ਵੀ ਕਈ ਬੱਸਾਂ ਦੀ ਅਤੇ ਅੱਧੀ ਅੱਧੀ ਬਾਡੀ ਘਾਹ ਦੇ ਵਿੱਚ ਲੁਕ ਗਈ ਹੈ, ਟਾਇਰ ਫਲੈਟ ਨੇ, ਅੰਦਰੋਂ ਵੀ ਚੀਜ਼ਾਂ ਗਾਇਬ ਹੋ ਰਹੀਆਂ ਨੇ। ਛੋਟੀ ਜਿਹੀ ਦੀਵਾਰ ਹੈ, ਇੱਕ ਪਾਸੇ ਨਾਲਾ ਹੈ ਅਤੇ ਹੋ ਸਕਦਾ ਇੱਥੇ ਕੋਈ ਅੰਦਰੋਂ ਸਪੇਅਰ ਪਾਰਟਸ ਵੀ ਨਾ ਬਚੇ ਹੋਣ। ਕੀ ਇਹ ਬੱਸਾਂ ਨੂੰ ਦੁਬਾਰੇ ਰੋਡ 'ਤੇ ਚੱਲ ਸਕਣਗੀਆਂ ਜਾਂ ਨਹੀਂ, ਇਹ ਆਪਾਂ ਦੇਖਾਂਗੇ। ਅਸੀਂ ਦੂਸਰੇ ਪਾਸੇ ਵੀ ਜਾ ਕੇ ਥੋੜ੍ਹੀ ਝਾਤ ਮਾਰਾਂਗੇ ਇੱਕ ਬੱਸਾਂ ਕਿਉਂ ਨਹੀਂ ਚੱਲੀਆਂ। ਇਹ ਬੱਸਾਂ ਦੇ ਇਸ ਜੰਕ ਜਾੜ ਨੂੰ ਦੇਖ ਕੇ ਇੱਦਾਂ ਲੱਗਦਾ ਹੈ ਜਿੱਦਾਂ 1965 ਵਿੱਚ ਪੈਟਰਨ ਦਾ ਕਬਰਸਤਾਨ ਬਣਿਆ ਸੀ। ਅਸਲ ਉੱਤਰ ਵਿੱਚ ਇਹ ਤਾਜਪੁਰ ਰੋਡ 'ਤੇ ਕਾਰਪੋਰੇਸ਼ਨ ਦੀ ਬੱਸਾਂ ਦਾ ਇੱਕ ਕਬਰਸਤਾਨ ਬਣ ਚੁੱਕਿਆ, ਨਾ ਤਾਂ ਇਹਨਾਂ ਨੇ ਕਦੇ ਚੱਲਣਾ ਅਤੇ ਨਾ ਹੀ ਸਰਕਾਰ ਨੂੰ ਇਹਦੀ ਚਲਾਉਣ ਦੀ ਨੀਅਤ ਹੈ, ਕਿਉਂਕਿ ਇਹਦੇ ਪਿੱਛੇ ਨੀਅਤ ਕਿਉਂ ਨਹੀਂ ਹੈ। ਲੁਧਿਆਣਾ ਸ਼ਹਿਰ ਵਿੱਚ 30,000 ਥ੍ਰੀ ਵੀਲਰ ਚੱਲਦਾ ਹੈ, ਔਰ 30,000 ਜੋ ਥ੍ਰੀ ਵੀਲਰ ਹੈ ਉਹ, ਜਦਕਿ ਡੀਜ਼ਲ ਆਟੋ ਬੰਦ ਨੇ, ਫਿਰ ਵੀ ਉਹਨਾਂ 'ਚੋਂ 50% ਸ਼ਾਇਦ ਹਜੇ ਵੀ ਡੀਜ਼ਲ ਚੱਲਦੇ ਹੋਣੇ, ਬਾਹਰੋਂ ਰਜਿਸਟ੍ਰੇਸ਼ਨਾਂ ਕਰਾ ਕੇ ਜਾਂ 2 ਨੰਬਰ 'ਚ ਉਹ ਚੱਲ ਰਹੇ ਨੇ। ਇਹ ਆਟੋਜ਼ ਦੀ ਲੌਬੀ ਔਰ ਪੋਲੀਟੀਸ਼ੀਅਨਾਂ ਦੀ ਲੌਬੀ ਔਰ ਆਰਟੀਏ ਨੇ ਵੀ ਮਿਲ ਕੇ ਕਦੇ ਇਹ ਬੱਸਾਂ 'ਚ ਪਰਮਿਟ 'ਚ ਅੜਿੰਗਾ ਪਾਇਆ, ਕਦੇ ਕੋਈ ਅੜਿੰਗਾ ਪਾਇਆ, ਕਿਉਂਕਿ ਨੀਤ ਇਹਨਾਂ ਨੂੰ ਚਲਾਉਣ ਦੀ ਹੈ ਹੀ ਨਹੀਂ। 2015 'ਚ ਇਹਨਾਂ ਤੋਂ ਟਾਟਾ ਤੋਂ ਵੀ ਸਰਵੇ ਕਰਾਇਆ ਗਿਆ ਸੀ, ਤਕਰੀਬਨ 1 ਲੱਖ ਇੱਕ ਬੱਸ 'ਤੇ ਕਈ ਲੱਖਾਂ ਦਾ ਖਰਚ ਆਉਂਦਾ ਅਤੇ ਕਈ ਕਰੋੜਾਂ ਦੀ ਰਿਪੇਅਰ ਤੋਂ ਬਾਅਦ ਇਹ ਸ਼ਾਇਦ ਚੱਲਣਗੀਆਂ। ਹਾਲਾਤ ਬਾਹਰੋਂ ਨਜ਼ਰ ਆ ਰਹੇ ਨੇ, 37 ਬੱਸਾਂ ਨੇ ਇਹ, 83 ਬੱਸਾਂ ਸਿਰਫ ਰੋਡ 'ਤੇ ਨੇ, 37 ਇੱਥੇ ਖੜ੍ਹੀਆਂ ਨੇ 120 'ਚੋਂ, 37 ਦੀਆਂ 37 ਬੱਸਾਂ ਜਿਨ੍ਹਾਂ ਦੀ ਕੀਮਤ ਤਕਰੀਬਨ 9 ਕਰੋੜ ਰੁਪਈਆ ਬਣਦੀ ਹੈ, ਉਹ ਕਬਾੜ ਬਣ ਚੁੱਕੀਆਂ ਨੇ, ਬਿਲਕੁਲ ਕਬਾੜ ਨੇ। ਔਰ ਜੇ ਇਹ ਬੱਸਾਂ ਜੋ ਜਵਾਹਰ ਲਾਲ ਨਹਿਰੂ ਅਰਬਨ ਮਿਸ਼ਨ 'ਚ ਸੈਂਟਰ ਗੌਰਮੈਂਟ ਵੱਲੋਂ ਦਿੱਤੀਆਂ ਗਈਆਂ ਸੀ, ਇਹਨਾਂ ਦੀ ਸਿਰਫ ਕਾਰਪੋਰੇਸ਼ਨ ਨੇ ਜਾਂ ਪੰਜਾਬ ਸਰਕਾਰ ਨੇ ਮੇਨਟੇਨੈਂਸ ਦੇਣੀ ਸੀ, ਉਹ ਮੇਨਟੇਨੈਂਸ ਦੇ ਕੇ ਵੀ ਨਹੀਂ ਚਲਾ ਸਕੇ। ਅੱਜ ਜੇ ਲੁਧਿਆਣਾ ਸ਼ਹਿਰ ਦੇ ਤੁਸੀਂ ਚੱਲਦੀਆਂ ਹੋਈਆਂ ਬੱਸਾਂ ਵੀ ਦੇਖੋ, ਉਹਨਾਂ ਦੇ ਬੰਪਰ ਟੁੱਟੇ ਨੇ,
ਚਾਰੇ ਪਾਸੋਂ ਲਾਈਟਾਂ ਟੁੱਟੀਆਂ ਨੇ ਅਤੇ ਉਹਨਾਂ ਦੀ ਮੇਨਟੇਨੈਂਸ ਵੀ ਜ਼ੀਰੋ ਹੈ ਅਤੇ ਹੌਲੀ ਹੌਲੀ ਜਿਹੜੀਆਂ ਤਰਾਸੀ ਚੱਲ ਰਹੀਆਂ ਨੇ ਉਹ ਇਸ ਤਰ੍ਹਾਂ ਲੱਗ ਰਿਹਾ ਵੀ ਛੇਤੀ ਉਹ ਇਹਨਾਂ ਦੇ ਵਿੱਚ ਹੋਰ ਇਸ ਵਿਹੜੇ 'ਚ ਸ਼ਾਮਿਲ ਹੋ ਕੇ ਔਰ ਹੋ ਸਕਦਾ ਵਿਧਾਨ ਸਭਾ ਦੀਆਂ ਅਗਲੀਆਂ ਇਲੈਕਸ਼ਨਾਂ 'ਚ ਸਾਨੂੰ ਇੱਥੇ ਹੋਰ ਬੱਸਾਂ ਦੇਖਣ ਨੂੰ ਮਿਲਣ ਕਿਉਂਕਿ 2 ਸਾਲਾਂ 'ਚ ਇਹ ਤਾਂ ਵੈਸੇ ਹੀ ਕਮਰਸ਼ਲੀ ਕੰਡਮ ਹੋ ਜਾਣੀਆਂ ਨੇ ਅਤੇ ਜਿਹੜੀਆਂ ਸੜਕਾਂ 'ਤੇ ਚੱਲ ਰਹੀਆਂ ਨੇ ਉਹ ਵੀ ਬਿਨਾਂ ਮੇਨਟੇਨੈਂਸ ਹੋਣ ਕਾਰਨ ਹੌਲੀ ਹੌਲੀ ਇਹ ਜਿਹੜਾ ਜੰਕ ਜਾੜ ਹੈ ਵੱਧਦਾ ਰਹੇਗਾ ਔਰ ਕਿਸੇ ਨਾ ਕਿਸੇ ਦਿਨ ਇਹ ਹੋਏਗਾ ਕਿ ਇਹ ਕਿਸੇ ਪ੍ਰਾਈਵੇਟ ਪਾਰਟੀ ਨੂੰ ਆਕਸ਼ਨ ਹੋ ਜਾਣਗੀਆਂ ਔਰ ਜਦੋਂ ਉਹ ਇਹਨਾਂ ਨੂੰ ਵੇਚ ਦਿੱਤੀਆਂ ਜਾਣਗੀਆਂ ਆਕਸ਼ਨ ਹੋ ਜਾਏਗੀ ਕਿਸੇ ਜਾਣਕਾਰ ਪ੍ਰਾਈਵੇਟ ਪਾਰਟੀ ਨੂੰ ਉਹ ਇਹਨਾਂ ਦੇ ਰੰਗ ਰੋਗਨ ਕਰਾ ਕੇ ਦੁਬਾਰਾ ਪੰਜਾਬ ਦੀਆਂ ਸੜਕਾਂ 'ਤੇ ਇਹ ਦੌੜਦੀਆਂ ਨਜ਼ਰ ਆਉਣਗੀਆਂ ਜਾਂ ਸਕੂਲਾਂ ਵਿੱਚ ਦੌੜਦੀਆਂ ਨਜ਼ਰ ਆਉਣਗੀਆਂ ਬੱਚਿਆਂ ਦੀ ਸੇਫਟੀ ਨਾਲ ਕੰਪਰੋਮਾਈਜ਼ ਕਰਦੀਆਂ ਜਾਣਗੀਆਂ ਕਿਉਂਕਿ ਇਹ ਬੱਸਾਂ ਕਿਤੇ ਨਾ ਕਿਤੇ 'ਤੇ ਜਾ ਕੇ ਪ੍ਰਾਈਵੇਟ ਸੈਕਟਰ 'ਚ ਹੀ ਆਕਸ਼ਨ ਹੋਣ ਤੋਂ ਬਾਅਦ ਖੱਪਣੀਆਂ ਨੇ ਸਰਕਾਰ ਇਹਨਾਂ ਨੂੰ ਚਲਾ ਨਹੀਂ ਸਕੀ ਪਰ ਇਹ ਕਿਸੇ ਤੀਜੀ ਪਾਰਟੀ ਨੂੰ ਜ਼ਰੂਰ ਫਾਇਦਾ ਪਹੁੰਚਾਉਣਗੀਆਂ ਆਮ ਸ਼ਹਿਰੀਆਂ ਦੀ ਜੋ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਸੇਫਟੀ ਨੂੰ ਰਿਸਕ ਕਰਨਗੀਆਂ ਜਾਂ ਸਕੂਲਾਂ ਦੇ ਬੱਚਿਆਂ ਨੂੰ ਰਿਸਕ ਕਰਨਗੀਆਂ ਇਹ ਸਾਡੀ ਇੱਕ ਕੋਸ਼ਿਸ਼ ਸੀ ਇਹ ਦਿਖਾਉਣ ਦੀ ਵੀ ਕੀ ਅਕਾਊਂਟੇਬਿਲਟੀ ਹੈ ਸਰਕਾਰਾਂ ਦੀ ਕੀ ਅਕਾਊਂਟੇਬਿਲਟੀ ਹੈ 5 ਸਾਲ ਪਹਿਲਾਂ ਰਵਨੀਤ ਬਿੱਟੂ ਜੋ MP ਨੇ ਇੱਥੇ ਆਏ ਸੀ ਔਰ ਇਹਨਾਂ ਦੀ ਬੜੀ ਝਾੜ ਪੂੰਝ ਕਰਕੇ ਉਹਨਾਂ ਦੇ ਨਾਲ ਆਸ਼ੂ ਜੀ ਵੀ ਸੀ ਝਾੜ ਪੂੰਝ ਕਰਕੇ ਫੋਟੋਆਂ ਖਿਚਵਾ ਕੇ ਚਲੇ ਗਏ ਔਰ ਉਸ ਤੋਂ ਬਾਅਦ ਹੁਣ ਅਕਾਲੀ ਦਲ ਆਇਆ ਅਤੇ ਉਹ ਵੀ ਇਹਦੇ ਨਾਲ ਫੋਟੋਆਂ ਖਿਚਵਾ ਕੇ ਚਲੇ ਗਏ ਇਹ ਬੱਸਾਂ ਫੋਟੋ ਸੈਸ਼ਨ ਵਾਸਤੇ ਜ਼ਿਆਦਾ ਵਰਤੀਆਂ ਗਈਆਂ ਨੇ ਬਜਾਏ ਕਿ ਕਿਸੇ ਪੈਸੇਂਜਰ ਢੋਣ ਵਾਸਤੇ ਅਸੀਂ ਧੰਨਵਾਦੀ ਹਾਂ ਤੁਸੀਂ ਇਸ ਨੂੰ ਦੇਖੋ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਓ ਤਾਂ ਜੋ ਤੁਹਾਡੇ ਟੈਕਸ ਨਾਲ ਤੁਹਾਡੇ ਜੋ ਜੇਬ 'ਚੋਂ ਕੱਟੇ ਹੋਏ ਪੈਸੇ ਨਾਲ ਇਸ ਤਰ੍ਹਾਂ ਸਰਕਾਰਾਂ ਬਰਬਾਦੀ ਨਾ ਕਰ ਸਕਣ।